you mm -hmm. ਪਿਆਰੇ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਹੈ ਵਾਤਾਵਰਨ ਵਿੱਚ ਤਾਪਮਾਨ ਘਟਾਉਣ ਲਈ ਰੁੱਖਾਂ ਦਾ ਯੋਗਦਾਨ ਜਿਵੇਂ ਤੁਸੀਂ ਜਾਣਦੇ ਹੋ ਕਿ ਵਾਤਾਵਰਨ ਦੇ ਵਿੱਚ ਜੇ ਰੁੱਖ ਨਾ ਹੋਣ ਤਾਂ ਤੁਹਾਨੂੰ ਪਤਾ ਕਿਸ ਤਰ੍ਹਾਂ ਦਾ ਲੱਗਦਾ ਸੋ ਇਹ ਰੁੱਖਾਂ ਦਾ ਯੋਗਦਾਨ ਅੱਜ ਆਪਾਂ ਇਹੀ ਜਾਣਕਾਰੀ ਹਾਸਲ ਕਰਨੀ ਹੈ ਕਿ ਕਿੰਨਾ ਕ ਤਾਪਮਾਨ ਨੂੰ ਘਟਾਉਣ ਦੇ ਵਿੱਚ ਜਾਣਕਾਰੀ ਦੇਣ ਲਈ ਮੇਰੇ ਨਾਲ ਬੈਠੇ ਨੇ ਸਰਦਾਰ ਅਮਨੀਤ ਸਿੰਘ ਜੀ ਜਿਹੜੇ ਆਈਐਫਐਸ ਨੇ ਡਿਸਟ੍ਰਿਕਟ ਫੋਰੈਸਟ ਅਫੀਸਰ ਨੇ ਹੁਸ਼ਿਆਰਪੁਰ ਦੇ ਵਿੱਚ ਆਪਣੀ ਸੇਵਾ ਨਿਭਾ ਰਿਆ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਅੱਜ ਹਾਸਲ ਕਰਨੀ ਆ ਕਿ ਜੰਗਲਾਤ ਵਿਭਾਗ ਦਾ ਕੀ ਯੋਗਦਾਨ ਹੈ ਵਾਤਾਵਰਣ ਨੂੰ ਤਾਪਮਾਨ ਨੂੰ ਥੱਲੇ ਲਿਆਉਣ ਦੇ ਵਿੱਚ ਸੋ ਤੁਹਾਡਾ ਸਵਾਗਤ ਹੈ ਅਮਨੀਤ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਜਿੱਦਾਂ ਸਾਡਾ ਅੱਜ ਦਾ ਵਿਸ਼ਾ ਹੀ ਇਹ ਹੈ ਕਿ ਵਾਤਾਵਰਨ ਦੇ ਵਿੱਚ ਤਾਪਮਾਨ ਘਟਾਉਣ ਲਈ ਯੋਗਦਾਨ ਰੁੱਖਾਂ ਦਾ ਸੋ ਕਿਸ ਤਰ੍ਹਾਂ ਦਾ ਯੋਗਦਾਨ ਹੈ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਕਿੰਦਾ ਦਾ ਇਹ ਯੋਗਦਾਨ ਰੁੱਖ ਪਾਉਂਦੇ ਨੇ ਕਿਵੇਂ ਘਟਾਉਂਦੇ ਨੇ ਤਾਪਮਾਨ ਨੂੰ ਥੋੜਾ ਜਿਹਾ ਇਹਦੀ ਸੰਬੰਧੀ ਪਹਿਲਾਂ ਸਾਨੂੰ ਜਾਣਕਾਰੀ ਦਿਓ ਬਿਲਕੁਲ ਇਹ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਰੁੱਖਾਂ ਦਾ ਜਿਹੜਾ ਰੋਲ ਆ ਬਹੁਤ ਮਹੱਤਵਪੂਰਨ ਆਪਣੇ ਵਾਤਾਵਰਣ ਵਿੱਚ ਤਾਪਮਾਨ ਘਟਾਉਣਾ ਦਾ ਇਹ ਆਪਾਂ ਜੇ ਆਪਾਂ ਗੱਲ ਕਰੀਏ ਪਹਿਲਾਂ ਪ੍ਰੈਕਟੀਕਲੀ ਗੱਲ ਕਰੀਏ ਆਪਾਂ ਗਰਮੀਆਂ ਦੇ ਮੌਸਮ ਵਿੱਚ ਵੀ ਜਦੋਂ ਬਾਹਰ ਜਾਂਦੇ ਆ ਜਾਂ ਕਿਤੇ ਵੀ ਆਪਾਂ ਵਿਜ਼ਿਟ ਕਰਦੇ ਆ ਜਾਂ ਮਾਲ 'ਚ ਜਾਂਦੇ ਆ ਜਾਂ ਆਪਾਂ ਕਿਤੇ ਸਰਕਾਰੀ ਦਫ਼ਤਰ ਜਾਂਦੇ ਆ ਜੀ ਜੀ ਪਹਿਲਾਂ ਆਪਾਂ ਗੱਡੀ ਹੀ ਪਾਰਕ ਦਰਖਤ ਥੱਲੇ ਹੀ ਕਰਦੇ ਆ ਦਰਖਤ ਲੱਭਦੇ ਆ ਬਿਲਕੁਲ ਉਦੋਂ ਉਦੋਂ ਆਪਾਂ ਪ੍ਰੈਕਟੀਕਲੀ ਫੀਲ ਕਰਦੇ ਆ ਵੀ ਗੱਡੀ ਠੰਡੀ ਰਹਿੰਦੀ ਹੈ ਇਹ ਇੱਕ ਪ੍ਰੈਕਟੀਕਲ ਸਭ ਨੂੰ ਪਤਾ ਹੈ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਹੈ ਕਿ ਰੁੱਖਾਂ ਦੇ ਥੱਲੇ ਕਿੰਨਾ ਟੈਂਪਰੇਚਰ ਸਾਨੂੰ ਘੱਟ ਮਿਲਦਾ ਜੀ 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 ਉਹਦੇ ਪਿੱਛੇ ਸਾਇੰਟਿਫਿਕ ਰੀਜਨਸ ਬਹੁਤ ਨੇ ਪਰ ਇਹ ਪ੍ਰੈਕਟੀਕਲੀ ਆਪਾਂ ਖੁਦ ਦੇਖਿਆ ਵੀ ਆ ਤੇ ਜੇ ਆਪਾਂ ਗੱਲ ਕਰੀਏ ਸ਼ਹਿਰਾਂ ਦੇ ਬਾਰੇ ਗੱਲ ਕਰੀਏ ਜਿਵੇਂ ਅੱਜ ਕੱਲ੍ਹ ਸ਼ਹਿਰ ਇੱਕ ਨਾ ਕਨਸੈਪਟ ਅੱਜ ਕੱਲ੍ਹ ਬੜਾ ਚੱਲ ਰਿਹਾ ਜਿਹਨੂੰ ਆਪਾਂ ਕਹਿੰਦੇ ਆ ਅਰਬਨ ਹੀਟ ਆਈਲੈਂਡ ਬਣ ਜਾਂਦਾ ਇੱਕ ਕਿਉਂਕਿ ਸਾਰਾ ਸ਼ਹਿਰ ਸਾਡਾ ਕੰਕਰੀਟ ਦਾ ਬਣ ਚੁੱਕਿਆ ਹੂੰ ਉਹਦੇ ਕਾਰਨ ਜਿਹੜੇ ਨਾਲ ਦੇ ਆਪਣੇ ਸਬਰਬਰੀਅਸ ਨੇ ਜਿਵੇਂ ਕੋਈ ਨਾਲ ਦੇ ਛੋਟੇ-ਮੋਟੇ ਟਾਊਨ ਨੇ ਉਹਦੇ ਨਾਲੋਂ ਆਪਣੇ ਸ਼ਹਿਰ ਦਾ તાਪਮਾਨ ਕੱਟੂਕੜੀਆਂ 6 ਤੋਂ 7 ਡਿਗਰੀ ਉੱਪਰ ਚੱਲਦਾ ਰਹਿੰਦਾ ਤੇ ਇਹ ਇਹਦਾ ਬਹੁਤ ਵੱਡਾ ਇੰਪੈਕਟ ਹੈ ਕਿਉਂਕਿ ਸ਼ਹਿਰਾਂ ਵਿੱਚ ਜਿੰਨਾ ਟੈਂਪਰੇਚਰ 5 ਤੋਂ 7 ਡਿਗਰੀ ਵੱਧ ਰਹੇਗਾ ਉਨਾ ਹੀ ਗਰਮੀਆਂ 'ਚ એનર્ਜੀ ਯੂਸੇਜ ਹੋਏਗੀ ਉਨਾ ਹੀ AC ਚੱਲੂਗਾ ਉਨਾ ਹੀ ਸਾਡੀ ਕੋਲ ਦੀ ਖਪਤ ਹੋਣੀ ਹੈ ਇਹ ਓਵਰਆਲ ਬਹੁਤ ਵੱਡਾ ਇੱਕ ਇੰਪੈਕਟ ਕਰਦਾ ਹੈ ਜੋ ਆਪਾਂ ਕਈ ਵਾਰ ਇਗਨੋਰ ਕਰ ਦਿੰਨੇ ਆ ਆਪਣੀ ਆਮ ਜ਼ਿੰਦਗੀ ਵਿੱਚ ਰੁੱਖਾਂ ਦੇ ਰੋਲ ਨੂੰ ਤੇ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਮੈਂ ਜੀ ਜਿਹੜੇ ਰੁੱਖ ਆਪਾਂ ਜੇ ਆਪਾਂ ਆਪਣੀ ਜਿਹੜੀ ਬਿਲਡਿੰਗ ਨੇ ਜਿਹੜਾ ਆਪਾਂ ਰਿਹਾਇਸ਼ ਰੱਖਦੇ ਆ ਜਾਂ ਕੋਈ ਵੱਡੀ ਬਿਲਡਿੰਗ ਬਣਾਉਂਦੇ ਆ ਉਹਦੇ ਨਾਲ ਜੇ ਲਾਏ ਜਾਣ ਇਹ ਇੱਕ ਸਾਇੰਟਿਫਿਕ ਸਟਡੀ ਵੀ ਆ ਵੀ ਘੱਟੋ ਘੱਟ ਨਹੀਂ ਤਾਂ 10 ਤੋਂ 18% ਏਸੀ ਦੀ ਖਪਤ ਘੱਟ ਹੁੰਦੀ ਆ ਜੇ ਆਸ-ਪਾਸ ਰੁੱਖ ਲੱਗੇ ਹੋਣ ਹੂੰ ਹੂੰ ਇਹ ਸਾਰੀਆਂ ਚੀਜ਼ਾਂ ਸਾਨੂੰ ਦੱਸਦੀਆਂ ਨੇ ਵੀ ਰੁੱਖਾਂ ਦਾ ਕਿੰਨਾ ਯੋਗਦਾਨ ਹੈ ਮਿਲਦਾ ਆਪਾਂ ਘਟਾਉਣ 'ਚ ਸੋ ਦੇਖੋ ਕਿਸਾਨ ਵੀਰੋ ਰੁੱਖਾਂ ਦਾ ਕੀ ਰੋਲ ਹੈ ਦੇਖੋ ਸਾਨੂੰ ਅਮਨੀਤ ਜੀ ਨੇ ਬਹੁਤ ਹੀ ਵਿਸਥਾਰ ਦੇ ਨਾਲ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਉਹੀ ਜਗ੍ਹਾ ਲੱਭਦੇ ਆ ਜਿੱਥੇ ਗੱਡੀ پارک ਸੰਢੀ ਦਰਖਤ ਦੇ ਥੱਲੇ ਹੋ ਜਵੇ ਸੋ ਜੇ ਅਸੀਂ ਇਹੋ ਜੀ ਜਗ੍ਹਾ ਪਾਲਦੇ ਆ ਤਾਂ ਜਗ੍ਹਾ ਸਾਨੂੰ ਬਣਾਉਣੀ ਵੀ ਪਊਗੀ ਸੁਰੱਖੀ ਲਾਉਣੇ ਵੀ ਪੈਣਗੇ ਜੇ ਅਸੀਂ ਲਾਇਆ ਇੱਕ ਵੀ ਰੁੱਖ ਨਾ ਹੋਵੇ ਤੇ ਅਸੀਂ ਜਗਾ ਭਾਲਦਿਆਂ ਗੱਡੀ ਲਾਉਣ ਨੂੰ ਫੇਰ ਉਹ ਗੱਲ ਵੀ ਨਹੀਂ ਬਣਦੀ ਸੋ ਜ਼ਰੂਰੀ ਆ ਆਪਾਂ ਜੇ ਲਾਵਾਂਗੇ ਤਾਂ ਹੀ ਗੱਡੀ ਥੱਲੇ پارک ਕਰ ਸਕਦੇ ਆ ਅ ਗੱਲ ਇਹ ਆ ਜੀ ਦੇਖੋ ਤੁਹਾਡਾ ਮਹਿਕਮਾ ਜਿਹੜਾ ਜੰਗਲਾਤ ਮਹਿਕਮਾ ਆ ਰੁੱਖਾਂ ਦੇ ਨਾਲ ਹੀ ਸਬੰਧ ਰੱਖਦਾ ਆ ਤੇ ਫਿਰ ਵਿਭਾਗ ਦਾ ਰੋਲ ਕਿਸ ਤਰ੍ਹਾਂ ਵਧੀਆ ਬਣ ਜਾਂਦਾ ਆ ਦਰਖਤ ਲਗਾਉਣ ਦੇ ਵਿੱਚ ਕੀ ਕੀ ਸਕੀਮਾਂ ਤੁਹਾਡੀਆਂ ਚੱਲ ਰਹੀਆਂ ਨੇ ਥੋੜਾ ਜਿਹਾ ਦੀ ਸਬੰਧੀ ਦੱਸੋ ਸਾਨੂੰ ਹਾਂਜੀ ਸਾਡੇ ਪੰਜਾਬ ਫੋਰੈਸਟ ਡਿਪਾਰਟਮੈਂਟ ਵੱਲੋਂ ਇਹਦੇ ਵਿੱਚ ਵੱਖ-ਵੱਖ ਸਕੀਮਾਂ ਚੱਲਦੀਆਂ ਨੇ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਜਿਹੜੀ ਭਾਰਤ ਸਰਕਾਰ ਦੀ ਸਕੀਮ ਚੱਲਦੀ ਆ ਜੀ ਦਾ ਨਾਮ ਹੈ ਕੈਂਪਾਸ ਸਕੀਮ ਜੀ ਉਹ ਸਕੀਮ ਦੇ ਤਹਿਤ ਸਾਨੂੰ ਟਾਰਗੇਟ ਅਲਾਟ ਹੁੰਦੇ ਨੇ ਕਿ ਜਿਹੜੇ ਵੱਖ-ਵੱਖ ਜੰਗਲ ਨੇ ਆਪਣੇ ਜਿਵੇਂ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਜੰਗਲ ਆ ਜੇ ਮੈਂ ਗੱਲ ਕਰਾਂ ਕੱਲੇ ਹੁਸ਼ਿਆਰਪੁਰ ਦੀ ਇੱਥੇ ਕਟੋਕਟਨੀ ਤਾਂ 1,30,000 ਏਕੜ ਜੰਗਲ ਦੇ ਅੰਦਰ ਹੈ ਹੂੰ ਬਹੁਤ ਵੱਡਾ ਏਰੀਆ ਤੇ ਇਹਨੂੰ ਸਾਨੂੰ ਆਉਣ ਵਾਲੇ ਸਮੇਂ 'ਚ ਇਹਨੂੰ ਪਲਾਂਟੇਸ਼ਨ ਵੀ ਕਰਨੀ ਪੈਂਦੀ ਹੈ ਟਾਈਮ ਟੂ ਟਾਈਮ ਇਸ ਲਈ ਆਪਾਂ ਇਹ ਜੰਗਲਾਂ ਵਿੱਚ ਅਲੱਗ-ਅਲੱਗ ਟਾਰਗੇਟ ਲੈਣੇ ਆ ਹਰ ਸਾਲ ਜੀ ਜਿਵੇਂ ਇਸ ਸਾਲ ਆਪਾਂ ਲਗਭਗ 6 ਲੱਖ ਬੂਟਾ ਇਹਨਾਂ ਜੰਗਲਾਂ ਵਿੱਚ ਲਾ ਰਹੇ ਆ ਇਸ ਸਕੀਮ ਤਹਿਤ ਜੀ ਕੈਂਪਸ ਸਕੀਮ ਤਹਿਤ ਦੂਜੀ ਆਪਾਂ ਗੱਲ ਕਰਦੇ ਆ ਇੱਕ ਹੈਗੀ ਗ੍ਰੀਨ ਇੰਡੀਆ ਮਿਸ਼ਨ ਸਕੀਮ ਅੱਛਾ ਜੀ ਉਹ ਵੀ ਭਾਰਤ ਸਰਕਾਰ ਦੀ ਹੈ ਉਹਦੇ ਵਿੱਚ ਵੀ ਆਪਾਂ ਪਲਾਂਟੇਸ਼ਨ ਕਰਦੇ ਆ ਵਕਤ-ਵਕਤ ਜੰਗਲਾਂ 'ਚ ਉਹਦੇ ਨਾਲ-ਨਾਲ ਆਪਾਂ ਲਾਈਵਲੀਹੂਡ ਟ੍ਰੇਨਿੰਗ ਵੀ ਦਿੰਦੇ ਆ ਜਿਹੜੇ ਉੱਥੇ ਦੇ ਲੋਕੀ ਡਿਪੈਂਡੈਂਟ ਨੇ ਜੰਗਲ ਤੇ ਹੂੰ ਜਿਵੇਂ ਕਈਆਂ ਨੂੰ ਉਹਨਾਂ ਤੋਂ ਆਪਾਂ ਡਿਮਾਂਡ ਲੈਨੇ ਆ ਵੀ ਤੁਹਾਨੂੰ ਕੀ ਲੋੜ ਹੈ ਕਾਦੀ ਟ੍ਰੇਨਿੰਗ ਦੀ ਲੋੜ ਹੈ ਹੂੰ ਉਹ ਸਾਡੇ ਕੋਲ ਬੜੀ ਡਿਮਾਂਡ ਆਂਦੀ ਹੈ ਕੋਈ ਕਹਿੰਦਾ ਜੀ ਸਾਨੂੰ ਪਾਰਲਰ ਦੀ ਟ੍ਰੇਨਿੰਗ ਦੇ ਦਿਓ ਬਿਊਟੀ ਪਾਰਲਰ ਦੀ ਲੇਡੀਜ਼ ਨੇ ਹੂੰ ਹੂੰ ਉਹ ਪਿੰਡਾਂ 'ਚ ਰਹਿੰਦੀਆਂ ਨੇ ਜੰਗਲਾਂ 'ਚ ਉਹ ਹੁਸ਼ਿਆਰਪੁਰ ਸਿਟੀ ਸ਼ਹਿਰ ਬਹੁਤ ਦੂਰ ਪੈਣਦਾ ਰਾਤ ਬ੍ਰੇਤੇ ਆਏ ਨਹੀਂ ਜਾਂਦਾ ਉਹਨਾਂ ਲਈ ਆਪਾਂ ਬੜਾ ਵਧੀਆ ਅਲੱਗ-ਅਲੱਗ ਟ੍ਰੇਨਿੰਗਸ ਵੀ ਆਰਗੇਨਾਈਜ਼ ਕੀਤੀਆਂ ਨੇ ਜਿਹਦੇ ਵਿੱਚ ਸਟਿਚਿੰਗ ਦੀ ਹੋ ਬਿਊਟੀ ਪਾਰਲਰ ਦੀ ਹੋ ਗਈ ਆ। ਹੂੰ। ਬਾਕੀ ਹੋਰ ਆਪਣੇ ਅਚਾਰ ਬਣਾਉਣ ਦੀ ਟ੍ਰੇਨਿੰਗ ਆ। ਕਿਉਂਕਿ ਕਾਫੀ ਜਿਹੜਾ ਰੌਅ ਮਟੀਰੀਅਲ ਆਪਣੇ ਜੰਗਲਾ ਚ ਪਿਆ ਆ। ਜੇ ਆਪਾਂ ਗੱਲ ਕਰੀਏ ਅੰਬ ਉਹਨਾਂ ਦੇ ਅਚਾਰ ਬਣਾਉਣੇ ਤੇ ਆਪਣਾ ਆਮਲਾ ਹੈਗਾ। ਇਦਾਂ ਦੇ ਵੱਖ-ਵੱਖ ਰੌਅ ਮਟੀਰੀਅਲਸ ਆਪਣੇ ਜੰਗਲਾ ਚ ਪਏ ਨੇ। ਜਿਹੜਾ ਉਹ ਯੂਟਿਲਾਈਜ਼ ਕਰਦੇ ਆ। ਹੂੰ ਹੂੰ। ਇੱਕ ਤੀਜੀ ਸਕੀਮ ਹੈ ਆਪਣੀ ਉਹ ਹੈਗੀਏ ਜੀਪੀਐਮ ਗ੍ਰੀਨ ਪੰਜਾਬ ਮਿਸ਼ਨ। ਉਹ ਪੰਜਾਬ ਸਰਕਾਰ ਦੀ ਆ। ਹੂੰ। ਉਹਦੇ ਤਹਿਤ ਵੀ ਆਪਾਂ ਕੁਝ ਜਿਵੇਂ ਕਾਲਜੇਸ ਹੋ ਗਏ ਵੱਡੇ ਵੱਡੇ ਆਈਟੀਆਈਸ ਹੋ ਗਏ ਉਥੇ ਆਪਾਂ ਟਾਰਗੇਟ ਲੈਨੇ ਆ ਵੀ ਉਥੇ ਕਟੂਕਟਨੀ ਦਾ 500 1000 ਬੂਟਾ ਲਾਇਆ ਜਾਵੇ ਇੱਕ ਬਾਉਂਡਰੀ ਜਿੱਥੇ ਹੁੰਦੀ ਆ ਕੋਈ ਵੱਡੇ ਕੈਂਪਸੇਸ ਨੇ ਉਹਦੇ ਵਿੱਚ ਆਪਾਂ ਪਲਾਂਟੇਸ਼ਨ ਕਰਦੇ ਆ ਉਸ ਦੇ ਨਾਲ ਹੀ ਆਪਾਂ ਲੋਕਾਂ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਲਈ ਕੁਝ ਕੁਝ ਕੈਂਪਸ ਰੱਖਦੇ ਆ ਇਹ ਸਾਰੀਆਂ ਐਕਟੀਵਿਟੀਜ਼ ਸਾਡੇ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਨੇ ਇਹ ਸਾਡੀਆਂ ਬੇਸਿਕਲੀ ਇਹ ਸਾਡੀਆਂ ਮੇਨ ਸਕੀਮਾਂ ਨੇ ਸੋ ਬਿਲਕੁਲ ਕਿਸਾਨ ਵੀਰੋ ਦੇਖੋ ਵਿਭਾਗ ਕਿਸੇ ਵੀ ਪੱਖ ਨੂੰ ਪਿੱਛੇ ਨਹੀਂ ਛੱਡ ਰਿਆ ਇੱਥੋਂ ਤੱਕ ਕਿ ਔਰਤਾਂ ਨੂੰ ਵੀ ਜੰਗਲ ਦੇ ਵਿੱਚ ਜਿਵੇਂ ਅੰਬ ਨੇ ਇਹਨਾਂ ਨੇ ਦੱਸਿਆ ਕਿ ਅੰਬ ਲੱਗਦੇ ਆਂ ਅੰਬੀਆਂ ਲੱਗਦੀਆਂ ਨੇ ਉਹਦੀ ਵੀ ਬਾਈ-ਪ੍ਰੋਡਕਟ ਬਣਾਉਣ ਲਈ ਮਤਲਬ ਕਿ ਅਚਾਰ ਬਣਾ ਕੇ ਵੇਚਣ ਸੰਬੰਧੀ ਵੀ ਟ੍ਰੇਨਿੰਗ ਦਿੰਦੇ ਆ ਸੋ ਕਹਿਣ ਦਾ ਭਾਵੇਂ ਆ ਕਿ ਜੰਗਲਾਤ ਵਿਭਾਗ ਦੇ ਰੋਲ ਬਹੁਤ ਵੱਡਾ ਆ ਭਾਵੇਂ ਉਹ ਭਾਰਤ ਸਰਕਾਰ ਦੀ ਹੈਲਪ ਦੇ ਨਾਲ ਹੋਵੇ ਤੇ ਭਾਵੇਂ ਪੰਜਾਬ ਸਰਕਾਰ ਦੀ ਹੈਲਪ ਦੇ ਨਾਲ ਹੋਵੇ ਸਕੀਮਾਂ ਬਹੁਤ ਚੱਲ ਰਹੀਆਂ ਨੇ ਅੱਛਾ ਨੀਤਜੀ ਗੱਲ ਹੈ ਵੀ ਇੱਕ ਨਾ ਇਹ ਚੱਲ ਰਹੀ ਸੀ ਤੁਹਾਡੀ ਟ੍ਰੇਨਿੰਗ ਐਪ ਚੱਲ ਰਹੀ ਹੈ ਆਈ ਹਰੀਆਲੀ ਹਾਂਜੀ ਥੋੜਾ ਜਿਹਾ ਇਹਦੀ ਸੰਬੰਧੀ ਕਿਉਂਕਿ ਸਾਰੇ ਜਣੇ ਲਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਵੀ ਬੂਟੇ ਲਾਉਣ ਦੇ ਵਿੱਚ ਕਾਫੀ ਪਰੇਸ਼ਾਨੀ ਆਉਂਦੀ ਕਈ ਵਾਰੀ ਵੀ ਕਿੱਥੋਂ ਲਈਏ ਅਸੀਂ ਥੋੜਾ ਜਿਹਾ ਇਹ ਜ਼ਰੂਰ ਦੱਸੋ ਸਾਡੇ ਕਿਸਾਨ ਵੀਰਾਂ ਨੂੰ ਕਿ ਬੂਟੇ ਕਿੱਥੋਂ ਮਿਲਣਗੇ ਤੇ ਕਿਵੇਂ ਮਿਲਣਗੇ ਇਹ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਐਪ ਲਾਂਚ ਕੀਤੀ ਗਈ ਹੈ ਜਿਹਦਾ ਨਾਮ ਹੈ ਆਈ ਹਰੀਆਲੀ ਐਪ ਇਹ ਤੁਸੀਂ ਪਲੇ ਸਟੋਰ ਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਐਪ ਨੂੰ ਉਹ ਐਪ ਤੇ ਆਪਣੀ ਲੋਕੇਸ਼ਨ ਪਾਉਂਗੇ ਤੁਹਾਨੂੰ ਨੇੜੇ ਤੀੜੇ ਦੀਆਂ ਜਿੰਨੀਆਂ ਵੀ ਨਰਸਰੀਜ਼ ਨੇ ਉਹ ਤੁਹਾਨੂੰ ਦਿਖ ਜਾਣਗੀਆਂ ਕਿੱਥੇ ਕਿੱਥੇ ਨੇ ਕਿੰਨੇ ਕਿੰਨੇ ਦੂਰ ਨੇ ਉਹ ਨਰਸਰੀਆਂ 'ਚ ਕਿੰਨਾ ਬੂਟਾ ਪਿਆ ਹੈ ਕਿਹੜੇ ਕਿਹੜੇ ਟਾਈਪ ਦਾ ਪਿਆ ਹੈ ਉਹ ਸਾਰਾ ਤੁਹਾਨੂੰ ਐਪ ਰਾਹੀਂ ਪਤਾ ਲੱਗ ਜਾਊਗਾ ਉੱਥੇ ਤੁਸੀਂ ਬੈਠੇ ਬੈਠੇ ਕਰੇ ਤੁਸੀਂ ਆਪਣੇ ਮੋਬਾਈਲ ਤੇ 15 ਬੂਟੇ ਐਟ ਅ ਟਾਈਮ ਤੁਸੀਂ ਆਰਡਰ ਕਰ ਸਕਦੇ ਹੋ ਉੱਥੇ ਮਾਰਕ ਕਰ ਸਕਦੇ ਹੋ ਵੀ ਮੈਨੂੰ ਆਹ ਬੂਟੇ ਮੈਂ ਅਲੋਟ ਕਰ ਲਏ ਆ ਤੇ ਕਿਸੇ ਵੀ ਅਗਲੇ ਦਿਨ ਜਾ ਕੇ ਤੁਸੀਂ ਉੱਥੋਂ ਨਸੀਤੂ ਲੈ ਸਕਦੇ ਹੋ ਫ੍ਰੀ ਆਫ ਕਾਸਟ ਇਸ ਦੇ ਨਾਲ ਹੀ ਇੱਕ ਹੋਰ ਪੰਜਾਬ ਸਰਕਾਰ ਦੀ ਸਕੀਮ ਸਟਾਰਟ ਕੀਤੀ ਹੈ ਇਸ ਸਾਲ ਉਹਦਾ ਨਾਂ ਹੈ ਹਰੀਆਵਲ ਲਹਿਰ ਹਮ ਹਰੀਆਵਲ ਲਹਿਰ ਜਿਹੜੀ ਪੰਜਾਬ ਸਰਕਾਰ ਨੇ ਸਟਾਰਟ ਕੀਤੀ ਹੈ ਉਹ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਇਹ ਲਹਿਰ ਸਟਾਰਟ ਕੀਤੀ ਗਈ ਹੈ ਸ਼ੁਰੂ ਕੀਤੀ ਗਈ ਹੈ ਜੀ ਉਹਨਾਂ ਦੇ 115ਵੇਂ ਬਰਥ ਐਨੀਵਰਸਰੀ ਨੂੰ ਮਨਾਉਣ ਲਈ ਜੀ ਜਿਹਦੇ ਵਿੱਚ ਲੋਕਾਂ ਨੂੰ ਆਪਾਂ ਫ੍ਰੀ ਬੂਟੇ ਸਪਲਾਈ ਕਰ ਰਹੇ ਹਾਂ ਹਰ ਵਿਧਾਨ ਸਭਾ ਹਲਕਾ ਵਿੱਚ 5000 ਬੂਟੇ ਫ੍ਰੀ ਆਫ ਕਾਸਟ ਸਾਡੇ ਵੱਲੋਂ ਸਪਲਾਈ ਕੀਤਾ ਜਾ ਰਿਹਾ ਇਸ ਲਈ ਮੇਰੀ ਲੋਕਾਂ ਨੂੰ ਬੇਨਤੀ ਹੈ ਵੀ ਆਪਣੇ ਹਲਕੇ ਵਿੱਚ ਸੜਕ ਤੋਂ ਜਿੰਨੇ ਬੂਟੇ ਚਾਹੀਦੇ ਲੈਣ ਫ੍ਰੀ ਆਫ ਕਾਸਟ ਲੈਣ ਉਹਨਾਂ ਨੂੰ ਲਾਉਣ ਆਪਣੇ ਘਰ ਚ ਲਾਉਣ ਆਪਣੇ ਕਲੋਨੀ ਚ ਲਾਉਣ ਆਪਣੇ ਪਾਰਕਾਂ ਚ ਲਾਉਣ ਤੇ ਬਸ ਮੇਰੀ ਇੱਕੋ ਹੀ ਬੇਨਤੀ ਹੈ ਵੀ ਉਹਨਾਂ ਨੂੰ ਉਹਨੇ ਸੰਭਾਲ ਜਰੂਰ ਕਰਨ ਬੂਟੇ ਵਿਭਾਗ ਦੇ ਰਿਹਾ ਪਰ ਲਾਉਣ ਦਾ ਸਾਡਾ ਆਪਣਾ ਫਰਜ਼ ਹੈ ਉਹਨੂੰ ਪਾਲਣ ਦਾ ਸਾਡਾ ਆਪਣਾ ਫਰਜ਼ ਹੈ ਅ ਅਮਨੀਤ ਜੀ ਇੱਥੇ ਗੱਲ ਆਪਾਂ ਕਰਨੀ ਚਾਹਾਂ ਕਿ ਕਈ ਵਾਰੀ ਨਾ ਸਾਡੇ ਤੋਂ ਲੈ ਕੇ ਜਾ ਕੇ ਭਾਵੇਂ ਕਿਸਾਨ ਨੇ ਭਾਵੇਂ ਸ਼ਹਿਰੀ ਲੋਕ ਨੇ ਉਹ ਲਗਾ ਲੈਂਦੇ ਆ ਬੂਟੇ ਪਰ ਉਹਨੂੰ ਪਾਣੀ ਨਹੀਂ ਬਾਅਦ ਚ ਕੋਈ ਪਾਉਂਦਾ ਆਮ ਦੇਖਿਆ ਆਪਾਂ ਬੜੇ ਬੂਟੇ ਲੱਗੇ ਆ ਛਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਸਾਨ ਵੀਰ ਉਹਨੂੰ ਸਾੜ ਦਿੰਦੇ ਆ ਸਾਈਡਾਂ ਤੇ ਲੱਗਿਆ ਹੁੰਦਾ ਪਰਾਲੀ ਨੂੰ ਅੱਗ ਲਾਈ ਨਾਲ ਦੀ ਨਾਲ ਉਹ ਨਵਾਂ ਲੱਗਿਆ ਬੂਟਾ ਵੀ ਸੜ ਗਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਾਲਣ ਸੰਬੰਧੀ ਬੂਟਿਆਂ ਨੂੰ ਜਿਉਂ ਨਹੀਂ ਜਿੰਨੇ ਵੀ ਮੇਲੇ ਲਾਉਂਦੇ ਆ ਕਿਤੇ ਵੀ ਆਪਾਂ ਜੇ ਬੂਟਿਆਂ ਲੰਗਰ ਵੀ ਰੱਖਦੇ ਆ ਬੂਟੇ ਲੈਣ ਵਾਲੇ ਬਹੁਤ ਆਉਂਦੇ ਆ ਸਾਡੇ ਬਹੁਤ ਆਉਂਦੇ ਆ ਜੀ ਲੈ ਕੇ ਬਹੁ ਜਾਂਦੇ ਆ ਪਰ ਆਪਾਂ ਤਾਂ ਇੱਕ ਰਿਕਵੈਸਟ ਹੀ ਕਰ ਸਕਦੇ ਆ ਇਹਨਾਂ ਨੂੰ ਕਿ ਪਲੀਜ਼ ਇਹਨਾਂ ਦਾ ਖਿਆਲ ਜਰੂਰ ਰੱਖੋ ਕਿਉਂਕਿ ਇਹ ਬੂਟੇ ਜਿਹੜਾ ਅਪਨ ਨਰਸਰੀ ਚ ਪਾਲਦੇ ਆ ਹੂੰ ਉਹਦੇ ਵਿੱਚ ਪੈਸਾ ਵੀ ਲੱਗਦਾ ਸਰਕਾਰ ਦਾ ਉਹਨੂੰ ਪਾਲਣ ਦਾ ਉਹਨੂੰ ਬੀਜ ਉਗਾਉਣ ਤੋਂ ਲੈ ਕੇ ਉਹਨੂੰ ਸੰਭਾਲ ਕੇ ਉਹਨੂੰ ਸੈਪਲਿੰਗ ਤੱਕ ਬਣਾਉਣ ਦਾ ਇਹਨਾਂ ਖਰਚ ਵੀ ਹੁੰਦਾ ਆ ਸਾਡਾ ਸਾਡਾ ਲੇਬਰ ਬਹੁਤ ਮਿਹਨਤ ਕਰਦੀ ਐ ਫਿਰ ਜਦੋਂ ਇਦਾਂ ਲੋਕੀ ਉਹਦੀ ਬੇਅਦਬੀ ਕਰਦੇ ਆ ਜਿਵੇਂ ਇਦਾਂ ਸਿਰ ਦਿੰਦੇ ਆ ਕਿਤੇ ਉਹ ਫਿਰ ਇਹ ਬੜਾ ਸਾਨੂੰ ਵੀ ਫੀਲ ਹੁੰਦਾ ਤੇ ਮੈਂ ਲੋਕਾਂ ਨੂੰ ਅਹੀ ਇੱਕ ਬੇਨਤੀ ਕਰਨਾ ਚਾਹੁੰਦਾ ਉਹਨੂੰ ਆਪਣੇ ਬੱਚਿਆਂ ਵਾਂਗ ਪਾਲੋ ਪਾਣੀ ਟਾਈਮ ਟੂ ਟਾਈਮ ਸਿਰ ਦੋ ਤੁਸੀਂ ਉਹਨਾਂ ਨੂੰ ਇੱਕ ਸਾਲ ਤੱਕ ਤੁਹਾਨੂੰ ਪਾਲਣਾ ਪੈਣਾ ਹੈ ਹੂੰ ਬਾਕੀ ਅਗਲੇ 50 100 ਸਾਲ ਤੱਕ ਉਹ ਤੁਹਾਨੂੰ ਪਾਲੂਗਾ ਇਹ ਬਸ ਇੱਕ ਚੀਜ਼ ਯਾਦ ਰੱਖੋ ਵੈਸੇ ਤਾਂ ਮਨੀਤ ਜੀ ਮੈਨੂੰ ਲੱਗਦਾ 1 ਸਾਲ ਤੋਂ ਥੋੜਾ ਜਿਹਾ ਸਾਨੂੰ ਹੋਰ ਡਿਲੇ ਕਰਨਾ ਪਊਗਾ ਵੀ 5-4 ਸਾਲ ਤੋਂ ਥੋੜਾ ਵੱਡਾ ਹੋ ਜਵੇ ਤਾਂ ਕਿ ਉਹਨੂੰ ਕਿਸੇ ਕਿਸਮ ਦੀ ਕੋਈ ਹਾਨੀ ਨਾ ਪਹੁੰਚੇ ਹੈਨਾ ਸੋ ਇਹ ਜ਼ਰੂਰੀ ਹੈ ਕਿ ਸੜਕਾਂ ਦੇ ਕਿਨਾਰੇ ਜਾਂ ਜਿਹੜੇ ਖੇਤਾਂ ਦੇ ਕਿਨਾਰੇਾਂ ਤੇ ਬੂਟੇ ਲੱਗੇ ਆ ਉਹਨਾਂ ਨੂੰ ਸਾਨੂੰ ਪਾਲਣਾ ਬਹੁਤ ਜ਼ਰੂਰੀ ਹੈ ਤੇ ਖਾਸ ਕਰਕੇ ਝੋਨੇ ਦੇ ਸੀਜ਼ਨ ਦੇ ਵਿੱਚ ਜਦੋਂ ਪਰਾਲੀ ਨੂੰ ਅੱਗ ਲਾਉਂਦੇ ਆ ਕਿਸਾਨ ਵੀਰ ਉਹਨਾਂ ਨੂੰ ਉਸ ਵੇਲੇ ਧਿਆਨ ਜ਼ਰੂਰ ਰੱਖਣਾ ਚਾਹੀਦਾ ਜੇ ਛੋਟੇ ਬੂਟੇ ਆ ਤਾਂ ਵੈਸੇ ਤਾਂ ਸਾਨੂੰ ਪ੍ਰਾਲੀ ਨੂੰ ਆਗ ਹੀ ਨਹੀਂ ਲਾਉਣੀ ਚਾਹੀਦੀ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਉਹਦੇ ਨਾਲ ਦਰਖਤ ਵੀ ਸਾਡੇ ਮੱਤ ਜਾਂਦੇ ਬੜਾ ਨੁਕਸਾਨ ਹੁੰਦਾ ਉਹਦੇ ਨਾਲ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਬਿਲਕੁਲ ਸੋ ਗੱਲ ਇਹ ਹੈ ਵੀ ਇੱਥੇ ਆਪਾਂ ਜਿਵੇਂ ਅੱਜ ਦਾ ਸਾਡਾ ਪ੍ਰੋਗਰਾਮ ਬੜੇ ਸਾਰੇ ਕਿਸਾਨ ਵੀਰ ਦੇਖ ਰਿਹਾ ਜਿਨ੍ਹਾਂ ਦੇ ਕੋਲ ਬੜੀ ਜ਼ਮੀਨ ਆ ਖੇਤਾਂ ਦੇ ਵਿੱਚੋਂ ਲਾਉਣੇ ਚਾਹੁੰਦੇ ਆ ਆਪਣੀ ਆਮਦਨ ਵਧਾਉਣ ਦੇ ਲਈ ਉਹ ਵੀ ਬੂਟੇ ਤੁਹਾਡੇ ਕੋਲੋਂ ਮਿਲ ਜਾਂਦੇ ਆ ਸਫੈਦਾ ਜਿਹੜੇ ਪੌਪੂਲਰ ਵਗੈਰਾ ਉਹ ਕਿਸ ਤਰ੍ਹਾਂ ਮਿਲਦੇ ਆ ਜੇ ਉਹ ਲੈਣਾ ਚਾਹਣੇ ਵੀ ਥੋੜਾ ਜਿਹਾ ਸਾਨੂੰ ਜ਼ਰੂਰ ਦੱਸੋ ਸਾਡੇ ਹੈੱਡ ਆਫਿਸ ਵੱਲੋਂ ਕੁਝ ਕੁ ਟਾਰਗੇਟ ਅਲੋਟ ਹੁੰਦੇ ਆ ਸਾਰੇ ਡਿਵੀਜ਼ਨਾਂ ਨੂੰ ਜੀ ਵੀ ਇੰਨੇ ਕ ਜਿਵੇਂ 40 ਐ 50000 ਤੁਹਾਡਾ ਇੱਕ ਡਿਵੀਜ਼ਨ ਦਾ ਟਾਰਗੇਟ ਹੁੰਦਾ ਵੀ ਇੰਨੇ ਤੁਸੀਂ ਸਪੈਦੇ ਵੰਡੋ ਕਿਸਾਨਾਂ ਨੂੰ ਜੀ ਉਹ ਆਪਾਂ ਵੰਡਦੇ ਆ ਉਹ ਸਾਡੇ ਦਫ਼ਤਰ ਐਪਲੀਕੇਸ਼ਨ ਤੁਸੀਂ ਦੇ ਸਕਦੇ ਹੋ ਜੀ ਤੇ ਉਹ ਬੂਟੇ ਤੁਸੀਂ ਲੈ ਸਕਦੇ ਹੋ ਹੂੰ ਦੂਜੀ ਗੱਲ ਇਹ ਕਹਿਣਾ ਚਾਹਣਾ ਇੱਕ ਭਾਰਤ ਸਰਕਾਰ ਦੀ ਸਕੀਮ ਆ ਸਮੈਫ ਹੂੰ ਸਮ ਮਿਸ਼ਨ ਔਨ ਐਗਰੋਫੋਰੈਸਟਰੀ ਜਿਹਦੇ ਵਿੱਚ ਫਾਇਦੇ ਲਾਉਣ ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਪਹਿਲੇ ਸਾਲ 14 ਰੁਪਏ ਉਹਨਾਂ ਨੂੰ ਮਿਲਦੇ ਆ ਲਾਉਣ ਦੇ ਫਿਰ ਅਗਲੇ ਸਾਲ ਉਹਨਾਂ ਨੂੰ 70 ਰੁਪਏ ਫਿਰ 70 ਰੁਪਏ ਫਿਰ 70 ਰੁਪਏ ਇਦਾਂ ਕਰਕੇ ਟੋਟਲ ਉਹਨਾਂ ਨੂੰ 4 ਸਾਲ ਵਿੱਚ 35 ਰੁਪਿਆ ਇੱਕ ਬੂਟੇ ਦਾ ਸਬਸਿਡੀ ਮਿਲਦਾ ਇੱਕ ਬੂਟੇ ਦਾ ਤੇ ਇਹ ਸਕੀਮ ਤਾਂ ਲਾਂਚ ਕੀਤੀ ਗਈ ਹੈ ਵੀ ਕਿਸਾਨਾਂ ਨੂੰ ਮੋਟੀਵੇਟ ਕਰਨ ਨੂੰ ਕਿਉਂਕਿ ਜੋ ਸਾਈਕਲ ਚੱਲ ਰਿਹਾ ਜਿਹੜਾ ਆਪਣਾ ਵੀਟ ਤੇ ਪੈਡੀ ਦਾ ਸਾਈਕਲ ਚੱਲ ਰਿਹਾ ਉਹਨੂੰ ਤੋੜਨ ਲਈ ਡਾਈਵਰਸੀਫਿਕੇਸ਼ਨ ਕਰਨ ਲਈ ਇਹ ਸਕੀਮ ਚਲਾਈ ਗਈ ਸੀ ਤਾਂ ਕਿ ਕਿਸਾਨਾਂ ਨੂੰ ਇੱਕ ਸਬਸਿਡਾਈਜ਼ਡ ਸਬਸਿਡੀ ਵੀ ਮਿਲੇ ਉਹਦੇ ਨਾਲ ਹੀ ਉਹ ਦਰਖਤ ਵੀ ਲਾਉਣ ਸਫੈਦਾ ਲਾਉਣ ਤੇ ਆਪਣੀ ਇਨਕਮ ਵੀ ਵਧਾਉਣ ਅਮਨੀਤ ਜੀ ਗੱਲ ਇਹ ਹੈ ਵੀ ਕਿਸਾਨ ਵੀਰ ਜਿਨ੍ਹਾਂ ਨੇ ਖੇਤਾਂ ਦੇ ਵਿੱਚ ਲਾਉਣੇ ਉਹਨਾਂ ਨੇ ਤਾਂ ਜ਼ਿਆਦਾ ਬੂਟੇ ਲਾਉਣੇ ਹੁੰਦੇ ਆ ਕਿਉਂਕਿ ਥੋੜੇ ਬੂਟਿਆਂ ਨਾਲ ਉਹਨਾਂ ਦਾ ਸਰਨਾ ਨਹੀਂ ਜੀ ਕੀ ਇਹ ਜਿਹੜੇ ਬੂਟੇ ਉਹਨਾਂ ਨੇ ਖੇਤਾਂ ਦੇ ਵਿੱਚ ਲਾਉਣ ਲਈ ਲੈਣੇ ਆ ਜਿਹਦੇ ਉੱਤੇ ਤੁਸੀਂ ਦੱਸ ਰਹੇ ਹੋ ਕਿ 35 ਰੁਪਏ ਚਾਰ ਸਾਲਾਂ ਚ ਸਬਸਿਡੀ ਵੀ ਦੇਣੀ ਆ ਪਹਿਲਾਂ ਲੈਣ ਲਈ ਕੋਈ ਪੇਮੈਂਟ ਦੇਣੀ ਪਊ ਹਾਂਜੀ ਪਹਿਲਾ ਲੈਣ ਲਈ ਇੱਕ ਬਹੁਤ ਹੀ ਨੋਮੀਨਲ ਜੀ ਅਮਾਊਂਟ ਰੱਖੀ ਆ ਆਪਾਂ 1 ਰੁਪਿਆ ਇੱਕ ਬੂਟੇ ਦਾ ਰੱਖਿਆ ਜੇ ਕਿਸੇ ਨੇ 1000 ਬੂਟਾ ਲੈਣਾ 1000 ਰੁਪਿਆ ਦੇ ਕੇ ਉਹ 1000 ਬੂਟਾ ਲੈ ਸਕਦਾ ਹੂੰ ਤੇ ਇਹ ਬੜੀ ਹੀ ਛੋਟੀ ਅਮਾਊਂਟ ਰੱਖੀ ਆ ਆਪਾਂ ਜਸਟ ਕਿ ਚਲੋ ਇੱਕ ਬੰਦੇ ਨੂੰ ਲੱਗਦਾ ਵੀ ਹੈ ਇੱਕ ਅਮਾਊਂਟ ਦੇ ਕੇ ਆਪਾਂ ਲੈ ਜੀ 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 ਬਿਲਕੁਲ ਬਿਲਕੁਲ ਜੀ ਪੈਸੇ ਦਿੱਤੇ ਆ ਤਾਂ ਫਿਰ ਥੋੜਾ ਜਿਹਾ ਦਰਦ ਵੀ ਹੋ ਗਿਆ ਬੂਟੇ ਨੂੰ ਪਾੜਨਾ ਵੀ ਆਪਾਂ ਨਾ ਵੀ ਫ੍ਰੀ ਦਾ ਕਈ ਵਾਰੀ ਕਹਿੰਦੇ ਆ ਕਿਸੇ ਚੀਜ਼ ਦਾ ਮੁੱਲ ਨਹੀਂ ਉਹਦਾ ਕੋਈ ਪਤਾ ਹੀ ਨਹੀਂ ਲੱਗਦਾ ਵੀ ਇਹ ਚੀਜ਼ ਹੈ ਕੋਈ ਜੀ ਵੈਲਿਊ ਜ਼ਰ ਅੱਛਾ ਗੱਲ ਇਹ ਵੀ ਸਾਨੂੰ ਇਹ ਵੀ ਦੱਸੋ ਕਿ ਇਹ ਬੂਟੇ ਤਾਂ ਤੁਸੀਂ ਦੱਸਤਾ ਵੀ ਅਸੀਂ ਦਿੰਨੇ ਆ ਕੀ ਹਰ ਜ਼ਿਲ੍ਹਾ ਲੈਵਲ ਤੇ ਹਰ ਬਲੌਕ ਲੈਵਲ ਤੇ ਤੁਹਾਡੀਆਂ ਨਰਸਰੀਆਂ ਹੈਗੀਆਂ ਕਿੱਥੇ ਕਿੱਥੇ ਹੈਗੀਆਂ ਸਾਰੇ ਪੰਜਾਬ ਥੋੜਾ ਜਿਹਾ ਆਈਡੀਆ ਦਿਓ ਵੀ ਕਿੱਥੋਂ ਇਹ ਬੂਟੇ ਕਿਸਾਨ ਵੀਰ ਲੈ ਕੇ ਜਾਣ ਸਾਡੇ ਇੱਕ ਡਿਵੀਜ਼ਨ ਹੁੰਦੀ ਹੈ ਜਿਹੜੀ ਜ਼ਿਲ੍ਹੇ ਦੇ ਨਾਲ ਮੈਚ ਕਰਦੀ ਹੈ ਜੀ ਉਹਦੇ ਵਿੱਚ ਵੱਖ-ਵੱਖ ਜਿਵੇਂ ਸਬ ਡਿਵੀਜ਼ਨਾਂ ਹੁੰਦੀਆਂ ਨੇ ਸਾਡੀ ਰੇਂਜਿਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਹੈੱਡ ਕਰਦੇ ਨੇ ਰੇਂਜ ਆਫਿਸਰਸ ਉਹ ਰੇਂਜਾਂ ਦੇ ਵਿੱਚ ਵੱਖ-ਵੱਖ ਨਰਸਰੀ ਵੱਖ-ਵੱਖ ਜਗ੍ਹਾ ਤੇ ਨਰਸਰੀਆਂ ਹੁੰਦੀਆਂ ਨੇ ਜੇ ਮੈਂ ਹੁਸ਼ਿਆਰਪੁਰ ਦੀ ਗੱਲ ਕਰਾਂ ਸਾਡੇ ਕੋਲ 18 ਨਰਸਰੀਆਂ ਨੇ ਵੱਖ-ਵੱਖ ਜਗ੍ਹਾ ਤੇ ਹੈ ਮਤਲਬ ਆਪਣੇ ਪਹਾੜੀ ਏਰੀਆ ਤੋਂ ਲੈ ਕੇ ਤੇ ਪਲੇਨ ਤੱਕ ਹਰ ਪਾਸੇ ਸਾਡੀ ਨਰਸਰੀ ਫੈਲੀ ਹੋਈ ਹੈ ਜਿਹੜੀ ਤੁਸੀਂ ਆਏ ਹਰੈਲੀ ਐਪ ਤੇ ਆਪ ਤੁਹਾਡੀ ਲੋਕੇਸ਼ਨਸ ਚੈੱਕ ਕਰ ਸਕਦੇ ਹੋ ਤੇ ਲਗਭਗ ਆਪਾਂ ਕੋਸ਼ਿਸ਼ ਕਰੀ ਦੀ ਹੈ ਕਿ ਸਾਰਾ ਏਰੀਆ ਕਵਰ ਹੋ ਗਏ ਹਰ ਡਿਵੀਜ਼ਨ ਲੈਵਲ ਤੇ ਕਿਸਾਨ ਵੀਰੋ ਦੇਖੋ ਇਹਨਾਂ ਨੇ ਦੱਸਿਆ ਕਿ ਸਾਡੀਆਂ ਨਰਸਰੀਆਂ ਹੈਗੀਆਂ ਜਿੱਥੋਂ ਤੁਸੀਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕਰਕੇ ਇਹ ਬੂਟੇ ਲੈ ਸਕਦੇ ਹੋ ਜਿੰਨੇ ਮਰਜ਼ੀ ਲੈ ਸਕਦੇ ਹਾਂ ਕੋਈ ਚੱਕਰ ਨਹੀਂ ਆ ਇੱਥੇ ਆਪਾਂ ਜਿਵੇਂ ਹੁਸ਼ਿਆਰਪੁਰ ਚ ਅੱਜ ਆਪਾਂ ਬੈਠੇ ਆ ਜੀ ਤੋ ਕੰਡੀ ਦਾ ਇਲਾਕਾ ਆ ਥੋੜੇ ਜਿਹਾ ਕੰਡੀ ਦੇ ਲੋਕਾਂ ਨੂੰ ਅਪਲਿਫਟ ਕਰਨ ਦੇ ਲਈ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਨ ਲਈ ਜਾਂ ਉਹਨਾਂ ਦਾ ਸੋਸ਼ਲ ਸਟੇਟਸ ਆ ਜਿਹੜਾ ਉੱਚਾ ਕਰਨ ਦੇ ਲਈ ਵਿਭਾਗ ਇੱਕ ਤਾਂ ਤੁਸੀਂ ਦੱਸਿਆ ਸੀ ਕਿ ਅਸੀਂ ਉਹ ਸੈਲਫ ਹੈਲਪ ਗਰੁੱਪ ਬਣਾਉਨੇ ਆ ਕੋਈ ਹੋਰ ਵੀ ਉਹਨਾਂ ਦੇ ਲਈ ਕਰ ਰਹੇ ਆ ਇੱਕ ਤਾਂ ਸਾਡਾ ਇੱਕ ਸੈਲਫ ਹੈਲਪ ਗਰੁੱਪ ਹੈ ਨਾਰਾਚ ਨਾਰਾਪਿੰਡੇ ਤੇ ਜੀ ਉਹਨਾਂ ਨੂੰ ਆਪਾਂ ਬੜਾ ਮੋਟੀਵੇਟ ਕੀਤਾ ਕਿ ਉੱਥੇ ਦੀ ਲੇਡੀਜ਼ ਪਹਿਲਾਂ ਇਕੱਠੀ ਹੋਈਆਂ ਗਰੁੱਪ ਬਣਾਇਆ ਜੀ 10 ਲੇਡੀਜ਼ ਇਕੱਠੀ ਹੋਈਆਂ ਤੇ ਹੁਣ ਉਹਨਾਂ ਤੋਂ ਆਪਾਂ ਕੱਪੜੇ ਦੇ ਕਲੋਥ ਬੈਗ ਜਿਹੜੇ ਕੱਪੜੇ ਦੇ ਬੈਗ ਬਣਵਾ ਰਹੇ ਹਾਂ ਕਿਉਂਕਿ ਪਲਾਸਟਿਕ ਬੈਨ ਹੋ ਗਿਆ ਹੂੰ ਤੇ ਆਪਾਂ ਉਹਨਾਂ ਨੂੰ ਅਪਲਿਫਟ ਕਰਕੇ ਉਹਨਾਂ ਨੂੰ ਜਿਹੜੀਆਂ ਸਲਾਈ ਦੀ ਮਸ਼ੀਨਾਂ ਦੇ ਕੇ ਤੇ ਨਾਲ ਹੀ ਰੌ ਮਟੀਰੀਅਲ ਦੇ ਕੇ ਉਹਨਾਂ ਤੋਂ ਕੱਪੜੇ ਦੇ ਬੈਗ ਬਣਵਾ ਕੇ ਆਪਾਂ ਸ਼ਹਿਰ ਦੇ ਵਿੱਚ ਇੱਕ ਸਾਡਾ ਇੱਕ ਆਊਟਲੈਟ ਖੁੱਲਿਆ ਹਰਬਲ ਆਊਟਲੈਟ ਜਿਸ ਦਾ ਨਾਮ ਹੈ ਆਪਣਾ ਚਾਰਪੁਰ ਸ਼ਹਿਰ ਉਥੇ ਆਪਾਂ ਆਮ ਲੋਕਾਂ ਲਈ ਉਹਨਾਂ ਨੂੰ ਉਹਨਾਂ ਦਾ ਸਮਾਨ ਰੱਖਦੇ ਆਂ ਕਿ ਲੋਕਾਂ ਵਿੱਚ ਅਵੇਅਰਨੈਸ ਕ੍ਰੀਏਟ ਹੋਵੇ ਵੀ ਇਹ ਪਿੰਡਾਂ ਦੇ ਲੇਡੀਜ਼ ਨੇ ਬਣਾ ਕੇ ਇਹ ਰੱਖਿਆ ਆ ਤੇ ਇਹਨਾਂ ਨੂੰ ਆਪਾਂ ਅੱਗੇ ਵੇਚਦੇ ਆਂ ਉਹਨਾਂ ਦੀ ਆਮਦਨ ਵਧਦੀ ਏ ਉਹਦੇ ਵਿੱਚ ਉਹਦੇ ਨਾਲ ਹੀ ਉਹ ਜਿਹੜੀਆਂ ਆਚਾਰ ਬਣਾਉਂਦੇ ਆ ਵੱਖ-ਵੱਖ ਜਿਵੇਂ ਆਮਲਾ ਦਾ ਜਾਂ ਆਮ ਦਾ ਉਹ ਵੀ ਸਾਰੀਆਂ ਆਪਾਂ ਮਾਰਕੀਟਿੰਗ ਕਰੀ ਦਿਓ ਉਹਨਾਂ ਨੂੰ ਆਊਟਲੈਟ ਤੇ ਰੱਖੀਦਾ ਤਾਂ ਕਿ ਆਮ ਪਬਲਿਕ ਉਹਨਾਂ ਨੂੰ ਖਰੀਦ ਪਾਵੇ ਤੇ ਉਹਨਾਂ ਦੀ ਆਮਦਨ ਵਧੇ ਹੂੰ ਤੇ ਇਸ ਦੇ ਨਾਲ ਹੀ ਆਪਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀਆਂ ਨੇ ਹੁਣ ਜਿਵੇਂ ਨਾਰਾ ਦੀ ਗੱਲ ਕਰਾਂ ਜਾਂ ਇੱਕ ਸਾਡਾ ਢੋਲ ਬਹਾ ਵੀ ਪਿੰਡ ਹੈ ਉੱਥੇ ਵੀ ਆਪਾਂ ਉਹਨਾਂ ਨੂੰ ਸਲਾਈ ਮਸ਼ੀਨਾਂ ਲੈ ਕੇ ਦਿੱਤੀਆਂ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਇੰਟਰਸਟਿਡ ਨੇ ਵੀ ਆ ਸਾਨੂੰ ਸਲਾਈ ਸਿੱਖਣੀ ਆ ਉਹ ਕਹਿੰਦੇ ਸਾਨੂੰ ਸ਼ਹਿਰ ਜਾਣਾ ਬਹੁਤ ਦੂਰ ਪੈਂਦਾ ਆ ਤੇ ਆਪਾਂ ਉਹਨਾਂ ਲਈ ਸਹੂਲियत ਲਈ ਉਹਨਾਂ ਨੂੰ ਲੈ ਕੇ ਦਿੱਤੀਆਂ ਤੇ ਨਾਲ ਕਟੂਗੜਨੀ ਦਾ 4 ਜਾਂ 5 ਮਹੀਨੇ ਦਾ ਆਪਾਂ ਕੋਰਸ ਵੀ ਕਰਾਈਦਾ ਸਲਾਈ ਦਾ ਕੋਰਸ ਹੋਵੇ ਜਾਂ ਫਿਰ ਬਿਊਟੀ ਪਾਰਲਰ ਦਾ ਕੋਰਸ ਹੋਵੇ ਉਹ ਵੀ ਆਪਾਂ ਕਰਾਈਦਾ ਜੀ ਅ ਬਿਲਕੁਲ ਦੇਖੋ ਕਿਸਾਨ ਵੀਰੋ ਘਰਾਂ ਦੇ ਵਿੱਚ ਸਵਾਣੀਆਂ ਜਿਨ੍ਹਾਂ ਨੇ ਮਹਿਕਮੇ ਤੋਂ ਟ੍ਰੇਨਿੰਗ ਲੈਣੀ ਹੋਵੇ ਇਹਨਾਂ ਦੇ ਦਰ ਹਰ ਵਕਤ ਖੁੱਲੇ ਆ ਤੁਸੀਂ ਕੋਈ ਨਾ ਕੋਈ ਉਹਨਾਂ ਨੂੰ ਵੀ ਕੰਮ ਕਰਾ ਸਕਦੇ ਹੋ ਇਕੱਠੀਆਂ ਹੋ ਕੇ ਗਰੁੱਪ ਬਣਾ ਸਕਦੀਆਂ ਨੇ ਇਹ ਕੱਲਾ ਜ਼ਰੂਰੀ ਨਹੀਂ ਹੈ ਕੱਲੀਆਂ ਬੀਬੀਆਂ ਨਹੀਂ ਬਣਾਉਣਾ ਗਰੁੱਪ ਇੱਥੇ ਆਪਣੇ ਜਿਹੜੇ ਕੋਈ ਨੌਜਵਾਨ ਕਿਸਾਨ ਵੀਰ ਨੇ ਉਹ ਵੀ ਇਹ ਗਰੁੱਪ ਬਣਾ ਸਕਦੇ ਆ ਤੇ ਇਹਨਾਂ ਤੋਂ ਭਰਪੂਰ ਫਾਇਦਾ ਲੈ ਸਕਦੇ ਆ ਆਪਾਉਣ ਵਾਲੇ ਸਮੇਂ ਦੇ ਵਿੱਚ ਦੇਖੋ ਖੇਤੀ ਦੇ ਵਿੱਚ ਅੰਨੇ ਕਿਸਾਨ ਵੀਰੋਂ ਆਮਦਨ ਹੁਣ ਨਹੀਂ ਰਹੀ ਜੇ ਅਸੀਂ ਗਰੁੱਪ ਬਣਾ ਕੇ ਜਾਂ ਕੋਈ ਬਾਈ ਪ੍ਰੋਡਕਟ ਸਾਡੀ ਖੇਤੀ ਦੇ ਹੋਰ ਪ੍ਰੋਡਕਟ ਬਣਾ ਕੇ ਉਹਨਾਂ ਦੇ ਵਿੱਚ ਵੈਲਿਊ ਐਡੀਸ਼ਨ ਕਰਕੇ ਜੇ ਅੱਗੇ ਵੇਚਾਂਗੇ ਤਾਂ ਆਪਾਂ ਭਰਪੂਰ ਮੁਨਾਫਾ ਲੈ ਸਕਦੇ ਹਾਂ ਸਾਡਾ ਲਾਈਫ ਸਟਾਈਲ ਜਿਹੜਾ ਵਧੀਆ ਬਣ ਸਕਦਾ ਸੋ ਵਿਭਾਗ ਸਾਰੀ ਇਹਨਾਂ ਕੰਮਾਂ ਦੇ ਵਿੱਚ ਅੱਗੇ ਨੇ ਤੁਸੀਂ ਵਿਭਾਗ ਦੇ ਨਾਲ ਸੰਪਰਕ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਆਮਦਨ ਦੇ ਵਿੱਚ ਵਾਧਾ ਕਰਨ ਲਈ ਵਿਭਾਗ ਜ਼ਰੂਰ ਸਹਾਇੀ ਹੋਵੇ ਸਰ ਗੱਲ ਇਹ ਆ ਦੇਖੋ ਅਸੀਂ ਤੁਹਾਡੇ ਇੱਥੇ ਹੁਸ਼ਿਆਰਪੁਰ ਦੇ ਵਿੱਚ ਬੈਠੇ ਆ ਬੜਾ ਸੋਹਣਾ ਮਾਹੌਲ ਲੱਗ ਰਿਹਾ ਆ ਵਾਤਾਵਰਨ ਬੜਾ ਸੋਹਣਾ ਆਲੇ ਦੁਆਲੇ ਦਰਖਤ ਨੇ ਚਿੜੀਆਂ ਚਹਿਕ ਰਹੀਆਂ ਆ ਮੋਰ ਬੋਲ ਰਹੇ ਆ ਸੋ ਗੱਲ ਇਹ ਆ ਵੀ ਨੇਚਰ ਅਵੇਅਰਨੈਸ ਕੈਂਪ ਤੁਹਾਡੇ ਇੱਕ ਬਣਿਆ ਹੋਇਆ ਇੱਥੇ ਥੋੜਾ ਜਿਹਾ ਉਹਦੀ ਸੰਬੰਧੀ ਵੀ ਜਾਣਕਾਰੀ ਦਿਓ ਸਾਡੇ ਪੂਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਕਿ ਉੱਥੇ ਆਉਣ ਤੇ ਆ ਕੇ ਉਹ ਕੁਦਰਤੀ ਨਜ਼ਾਰਾ ਜਿਹੜਾ ਉਹ ਦੇਖਣਾਂ ਇਹ ਨੇਚਰ ਅਵੇਅਰਨੈਸ ਕੈਂਪ ਹੁਸ਼ਿਆਰਪੁਰ ਫੋਰੈਸਟ ਡਿਵੀਜ਼ਨ ਵੱਲੋਂ ਜੀ ਇਹ ਲਗਭਗ ਸਤੰਬਰ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ ਬਣਾਉਣਾ ਜੀ ਉਹ ਉਹਦਾ ਵਿੱਚ ਮੇਨ ਮਕਸਦ ਇਹ ਸੀ ਕਿ ਜਿਹੜਾ ਕੰਢੀ ਏਰੀਆ ਹੈ ਹੁਸ਼ਿਆਰਪੁਰ ਦਾ ਉਹ ਐਕਸਪਲੋਰ ਇਨ ਕੀਤਾ ਨਹੀਂ ਹੈ ਲੋਕਾਂ ਨੇ ਹੂੰ ਕੰਢੀ ਦੇ ਲੋਕ ਜਿਹੜੇ ਨੇ ਥੋੜੇ ਗਰੀਬ ਸਾਈਡ ਹੁੰਦੇ ਨੇ ਕਿਉਂਕਿ ਉੱਥੇ ਜਿਆਦਾ ਲਾਈਵਲੀਹੂਡ ਓਪਰਚ्युनिटीਜ਼ ਹੈ ਨਹੀਂ ਤੇ ਐਜ਼ ਅ ਡਿਪਾਰਟਮੈਂਟ ਜੇ ਵਿਭਾਗ ਦੀ ਗੱਲ ਕਰੀਏ ਸਾਡਾ ਰੋਲ ਬਹੁਤ ਵੱਜ ਜਾਂਦਾ ਹੈ ਵੀ ਆਪਾਂ ਉਹਨਾਂ ਦੀ ਹੈਲਪ ਕਰੀਏ। ਹੂੰ ਤੇ ਜਿਹੜਾ ਇਹ ਥਾਣਾ ਨੇਚਰ ਅਵੇਅਰਨੈਸ ਕੈਂਪ ਆਪਾਂ ਸ਼ੁਰੂ ਕੀਤਾ ਹੈ ਇਹਦਾ ਮੇਨ ਮਕਸਦ ਇਹ ਹੀ ਸੀ ਵੀ ਲੋਕਾਂ ਨੂੰ ਅਪਲਿਫਟ ਕਰਨਾ ਉੱਥੇ ਦੇ ਪਿੰਡ ਦੇ ਲੋਕਾਂ ਨੂੰ। ਹੂੰ ਇਹ ਸਾਰਾ ਪ੍ਰੋਜੈਕਟ ਜਿਹੜਾ ਆ ਪਿੰਡ ਦੇ ਕਮੇਟੀ ਬਣਾਈ ਗਈ ਹੈ ਪਿੰਡ ਦੇ ਲੋਕਾਂ ਦੀ ਉਹੀ ਇਹਨਾਂ ਨੂੰ ਚਲਾਉਂਦੀ ਹੈ। ਉਹੀ ਜਿਹੜੀ ਆਮਦਨ ਉਹਨਾਂ ਨੂੰ ਆਉਂਦੀ ਹੈ ਜਿਹੜੇ ਉੱਥੇ ਲੋਕੀ ਸਲਾਨੀ ਆਉਂਦੇ ਆ ਜਿਹੜੇ ਰਹਿੰਦੇ ਆ ਉੱਥੇ ਉੱਥੇ ਤਿੰਨ ਟੈਂਟ ਬਣੇ ਹੋਏ ਆ। ਹੂੰ ਉਹ ਤਿੰਨ ਟੈਂਟ ਲੇਕ ਫੇਸਿੰਗ ਟੈਂਟ ਨੇ ਹੂੰ ਉਹ ਜਿਹੜੀ ਝੀਲ ਨੂੰ ਫੇਸ ਕਰਦੇ ਹੋਏ ਬਣੇ ਗਏ ਨੇ ਬੜੇ ਸੋਹਣੇ ਬਣੇ ਆ ਮੈਂ ਜ਼ਰੂਰ ਬੇਨਤੀ ਕਰਦਾ ਸਾਰਿਆਂ ਨੂੰ ਜਿੰਨੇ ਵੀ ਇਹ ਪ੍ਰੋਗਰਾਮ ਦੇਖ ਰਹੇ ਨੇ ਇੱਕ ਵਾਰ ਜ਼ਰੂਰ ਇਹ ਮਾਡਲ ਦੇਖਣ ਆਉਣ ਤੇ ਦੇਖਣ ਵੀ ਕਿਵੇਂ ਇੱਕ ਸਰਕਾਰੀ ਵਿਭਾਗ ਲੋਕਾਂ ਦੀ ਕਿਵੇਂ ਉਹਨਾਂ ਨੂੰ ਅਪਲਿਫਟ ਕਰਦਾ ਹੈ ਤੇ ਉਹਨਾਂ ਨੂੰ ਇੱਕ ਪੰਜਾਬ ਦੇ ਮੈਪ ਤੇ ਉਹਨਾਂ ਨੂੰ ਉੱਪਰ ਲਿਆਂਦਾ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਸਾਡੇ ਲਈ ਵੀ ਉਸ ਦੇ ਨਾਲ ਹੀ ਉਹਦੇ ਨਾਲ ਹੀ ਜਿਹੜੇ ਟੈਂਟ ਬਣੇ ਨੇ ਉਹਦੇ ਨਾਲ ਹੀ ਜੰਗਲ ਸਾਡਾ ਕਾਫੀ ਘਣਾ ਜੰਗਲ ਵੀ ਹੈ ਜਿਹੜਾ ਕਾਫੀ ਤੁਸੀਂ ਕਹਿ ਸਕਦੇ ਹੋ ਜਿਵੇਂ ਉਹ ਲੱਗਦਾ ਹੀ ਨਹੀਂ ਕਿ ਉਹ ਪੰਜਾਬ ਦਾ ਹਿੱਸਾ ਹੈ ਜਿਹੜਾ ਵੀ ਬੰਦਾ ਆਂਦਾ ਉੱਥੇ ਇਹ ਸੋਚਦਾ ਵੀ ਪਤ ਨਹੀਂ ਇਹ ਹਿਮਾਚਲ ਦਾ ਹਿੱਸਾ ਹੈ ਹੂੰ ਤੇ ਉੱਥੇ ਆਪਾਂ ਜੀਪ ਸਫਾਰੀ ਵੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਲੋਕੀ ਬੈਠ ਕੇ ਓਪਨ ਜੀਪ ਸਫਾਰੀ ਹੈ ਜੰਗਲ ਦਾ ਨਜ਼ਾਰਾ ਲੈ ਸਕਦੇ ਅੰਦਰ ਘੁੰਮ ਸਕਦੇ ਆ ਜੰਗਲ ਦੀ ਫੀਲ ਲੈ ਸਕਦੇ ਆ ਹੂੰ ਉਸ ਦੇ ਨਾਲ ਹੀ ਵੌਕਿੰਗ ਟ੍ਰੇਲਸ ਨੇ ਜਿਵੇਂ ਟ੍ਰੇਲ ਜਿਹੜੀਆਂ ਹੁੰਦੀਆਂ ਨੇ ਉੱਪਰ ਜੰਗਲਾਂ ਤੇ ਜਾਣ ਨੂੰ ਤੁਰਨ ਨੂੰ 4-5 ਕਿਲੋਮੀਟਰ ਦੀਆਂ ਇਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉੱਥੇ ਵਿਭਾਗ ਵੱਲੋਂ ਸ਼ੁਰੂ ਕੀਤੀ ਗਈਆਂ ਨੇ ਜਿਹੜਾ ਸਾਰਾ ਹੁਣ ਮੌਕੇ ਤੇ ਪਿੰਡ ਦੇ ਲੋਕੀ ਸੰਭਾਲ ਰਹੇ ਨੇ ਘੱਟੋ ਘੱਟ ਜੇ ਆਪਾਂ ਗੱਲ ਕਰੀਏ ਤਾਂ 2.5 ਲੱਖ ਰੁਪਿਆ ਉਹਨਾਂ ਨੂੰ ਬਣ ਗਿਆ ਹੁਣ ਹੁਣ ਤੱਕ ਜੇ ਮੈਂ ਗੱਲ ਕਰਾਂ ਤੇ ਉਹ ਉਹੀ ਪਿੰਡ ਦੇ ਕਮੇਟੀ ਦੇ ਖਾਤੇ ਜੀ ਜਾਂਦਾ ਹੈ ਉਹੀ ਉਹਨਾਂ ਨੇ ਪਿੰਡ ਦੇ ਡਿਵੈਲਪਮੈਂਟ ਤੇ ਖਰਚਣਾ ਹੈ। ਹੂੰ। ਉਦੇ ਵਿੱਚੋਂ 50% ਉਹਨਾਂ ਨੇ ਪਿੰਡ ਦੇ ਕੰਮਾਂ ਦੇ ਖਰਚਣਾ 50% ਜੰਗਲ ਦੀ ਸੁਰੱਖਿਆ ਲਈ ਖਰਚਣਾ ਤੇ ਇਹ ਬੜਾ ਵਧੀਆ ਮਾਡਲ ਹੈ ਜਿਹਦੇ ਵਿੱਚ ਪਿੰਡ ਦੇ ਵਾਸੀ ਵੀ ਖੁਸ਼ ਨੇ ਆਮਦਨ ਵੀ ਉਹਨਾਂ ਨੂੰ ਜਾਣੀ ਹੈ ਮਹਿਕਮੇ ਨੇ ਕੁਝ ਨਹੀਂ ਲੈਣਾ ਮਹਿਕਮੇ ਨੇ ਸਿਰਫ ਇੱਕ ਉਹਨਾਂ ਨੂੰ ਬਣਾ ਕੇ ਦਿੱਤਾ ਹੈ ਫੈਸਿਲਿਟੇਟ ਕੀਤਾ ਹੈ ਕਿ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਜਿਹੜੀ ਚੀਜ਼ ਤੁਹਾਨੂੰ ਨੇਚਰ ਨੇ ਦਿੱਤੀ ਹੈ ਰੱਬ ਨੇ ਦਿੱਤੀ ਹੈ ਉਹਦੇ ਥਰੂ ਤੁਹਾਨੂੰ ਆਮਦਨ ਵੀ ਹੈ ਉਹਦੇ ਨਾਲ ਨਾਲ ਤੁਸੀਂ ਉਹਨਾਂ ਦਾ ਰੱਖ-ਰਖਾਅ ਵੀ ਕਰੋਗੇ ਕੁਦਰਤ ਨੂੰ ਸੰਭਾਲਿਆ ਹੋਇਆ ਇੱਕ ਪਿੰਡ ਵਾਸੀਆਂ ਨੇ ਮੈਂ ਕਹਨਾ ਮੈਨੂੰ ਤਾਂ ਲੱਗਦਾ ਇਹ ਪਿੰਡ ਪਿੰਡ ਹੋਣਾ ਚਾਹੀਦਾ ਮਨੀਤ ਜੀ ਕੀ ਗੱਲ ਹੈ ਕੀ ਗੱਲ ਹੈ ਤੁਹਾਡਾ ਇਹ ਤਾਂ ਪਿੰਡ ਪਿੰਡ ਅੱਛਾ ਜੇ ਕੋਈ ਹੋਰ ਪਿੰਡ ਵੀ ਅੱਗੇ ਆਉਣਾ ਚਾਹੇ ਵੀ ਅਸੀਂ ਵੀ ਆਪਣੇ ਇਲਾਕੇ 'ਚ ਜੇ ਕੁਝ ਬਣਾਉਣਾ ਕੀ ਉੱਥੇ ਉਹੋ ਜਿਹਾ ਵਿਊ ਹੋਣਾ ਜ਼ਰੂਰੀ ਹੈ ਲੇਕ ਟਾਈਪ ਜਾਂ ਆਲਰੇਡੀ ਉੱਥੇ ਹੈਗੀ ਸੀ ਲੇਕ ਵੀ ਅਸੀਂ ਤਾਂ ਉੱਥੇ ਬਣਾਤਾ ਕਿਸੇ ਹੋਰ ਪਿੰਡ 'ਚ ਵੀ ਬਣਾ ਸਕਦੇ ਆ ਪੰਜਾਬ ਦੇ 'ਚ ਇਹ ਬਣਾ ਸਕਦੇ ਆ ਸਾਡੇ ਕੋਲ ਕਾਫੀ ਇੱਥੇ ਹੁਸ਼ਿਆਰਪੁਰ 'ਚ ਕਟੂਗੜ ਨਹੀਂ ਮੈਂ ਗੱਲ ਕਰਦਾ 7 ਤੋਂ 8 ਡੈਮ ਨੇ ਤੇ ਉਹੀ ਡੈਮ ਬਣੇ ਨੇ ਉਹੀ 7 ਤੋਂ 8 ਆਪਾਂ ਗੱਲ ਕਰੀਏ ਝੀਲਾਂ ਨੇ ਹਰ ਜਗ੍ਹਾ ਤੇ ਆਪਾਂ ਬਣਾ ਸਕਦੇ ਆ ਪਰ ਇਹ ਸ਼ੁਰੂਆਤ ਹੈ ਪਹਿਲੇ ਕੀਤੀ ਹੈ 1 ਸਾਲ ਚਲਾ ਕੇ ਦੇਖੀਏ ਕਿਵੇਂ ਰਿਸਪਾਂਸ ਹੈ ਲੋਕਾਂ ਦਾ ਕਿਵੇਂ ਰਿਸਪਾਂਸ ਹੈ ਕਿ ਪਿੰਡ ਵਾਲਿਆਂ ਦਾ ਕਿਵੇਂ ਰਿਸਪਾਂਸ ਹੈ ਦੇਖੋ ਪ੍ਰੋਬਲਮ ਬਹੁਤ ਆndੀਆਂ ਨੇ ਕਈ ਕੋਈ ਕਹਿੰਦਾ ਜੀ ਵਧੀਆ ਜੀ ਕੋਈ ਕਹਿੰਦਾ ਮਾੜਾ ਪਰ ਆਪਾਂ ਜੀ ਪੋਜ਼ਿਟਿਵ ਥਿੰਕਿੰਗ ਹੋਵੇ ਜੇ ਆਪਾਂ ਸੋਚੀਏ ਵੀ ਪੋਜ਼ਿਟਿਵ ਸੋਚ ਕੇ ਚੱਲੀਏ ਤਾਂ ਪੋਜ਼ਿਟਿਵ ਹੀ ਹੋਣਾ ਹੈ ਹੋਰ ਵੀ ਜਗ੍ਹਾ ਨੇ ਆਉਣ ਵਾਲੇ ਸਮੇਂ 'ਚ ਆਪਾਂ ਕੋਸ਼ਿਸ਼ ਕਰਾਂਗੇ ਹੋਰ ਜਗ੍ਹਾ ਵੀ ਬਣਾਵਾਂਗੇ ਇਦਾਂ ਦੇ ਡੈਸਟੀਨੇਸ਼ਨਸ ਇਦਾਂ ਦੇ ਕੈਂਪਸ ਬਣਾਵਾਂਗੇ ਪਰ ਇਹ ਇਹਦੇ ਪਿੱਛੇ ਇੱਕ ਹੋਰ ਰੀਜ਼ਨ ਸੀਗਾ ਉੱਥੇ ਜਿਹੜਾ ਜੰਗਲ ਸੀ ਸਾਡਾ ਥਾਣਾ ਜੰਗਲ ਉੱਥੇ ਥੋੜਾ ਕਟਾਈ ਦਾ ਬਹੁਤ ਪ੍ਰੋਬਲਮ ਸੀ ਕਟਾਈਆਂ ਬਹੁਤ ਹੁੰਦੀਆਂ ਸੀ ਤਾਂ ਉਹਨੂੰ ਰੋਕਣ ਲਈ ਵੀ ਇਹ ਬਹੁਤ ਹੈਲਪ ਕੀਤੀ ਹੈ ਕਿਉਂਕਿ ਉੱਥੇ ਸੁਨਾਨੀ ਰਹਿੰਦੇ ਆ ਰਾਤ ਨੂੰ ਵੀ ਤੇ ਹੁਣ ਬੰਦਾ ਉੱਥੇ ਕਟਾਈ ਜਿਹੜੀ ਬੰਦ ਹੋ ਗਈ ਹੈ ਬਿਲਕੁਲ ਕਿਉਂਕਿ ਉਹ ਬਿਲਕੁਲ ਹੀ ਜਿਹੜੀ ਰੋਡ ਚੱਲਣ ਲੱਗੀ ਹੈ ਲੋਕੀ ਆਉਣ ਲੱਗੇ ਆ ਤੇ ਪੂਰੀ ਮਾਨਿਟਰਿੰਗ ਵੱਧ ਗਈ ਹੈ ਤੇ ਕਟਾਈਆਂ ਵੀ ਬੰਦ ਹੋ ਗਈਆਂ ਨੇ ਲੋਕਾਂ ਦਾ ਫਾਇਦਾ ਵੀ ਹੋਇਆ ਇਹ ਤੁਸੀਂ ਮੰਨ ਸਕਦੇ ਹੋ ਸਾਰਿਆਂ ਦੀ ਵਨ-ਵਨ ਸਿਚੁਏਸ਼ਨ ਹੈ ਸਭ ਲਈ ਗੁਰੂਆਂ ਨੇ ਦੱਸਿਆ ਕਿ ਰੁੱਖਾਂ ਦਾ ਜਿਹੜਾ ਇਨਸਾਨੀਅਤ ਦੇ ਨਾਲ ਰਿਸ਼ਤਾ ਨਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਪਰ ਬਹੁਤ ਹੀ ਸਾਡੇ ਅਜੇ ਲੋਕ ਆ ਨਾ ਜਿਹੜੇ ਉਹ ਇਹ ਅਵੇਅਰ ਨਹੀਂ ਹੈਗੇ ਹੂੰ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਅਵੇਅਰ ਅਵੇਅਰ ਤਾਂ ਮੈਂ ਆਪ ਸਾਡੇ ਮੈਕਿੰਗ ਵੱਲੋਂ ਬੜਾ ਅਵੇਅਰਨੈਸ ਕ੍ਰੀਏਟ ਕੀਤੀ ਜਾਂਦੀ ਹੈ ਤੇ ਨਾਲ ਥੋੜਾ ਬਹੁਤ ਰੈਗੂਲੇਟ ਵੀ ਕੀਤਾ ਜਾਂਦਾ ਹੈ ਕਿ ਜਿਹੜੇ ਬੰਦੇ ਪਹਿਲਾਂ ਤਾਂ ਸਮਝਾਇਆ ਜਾਂਦਾ ਵੀ ਇਸ ਪਾਸੇ ਨਾ ਜਾਓ ਤੁਸੀਂ ਜਿਹੜੇ ਕਈ ਲੋਕ ਇਲੀਗਲ ਕਟਾਈਆਂ ਕਰਦੇ ਨੇ ਉਹਨਾਂ ਨੂੰ ਸਾਡੇ ਵੱਲੋਂ ਸਮਝਾਇਆ ਜਾਂਦਾ ਵੀ ਇਸ ਇਹ ਵਾਲੇ ਕੰਮ ਵਿੱਚ ਨਾ ਜਾਓ ਨਹੀਂ ਤਾਂ ਸਾਡੇ ਐਕਟਸ ਬੜੇ ਸਟਰੋਂਗ ਨੇ ਆਪਾਂ ਜਿਹੜੇ ਬੰਦੇ ਨੇ ਉਹਨਾਂ ਨੂੰ ਫੜ ਕੇ ਆਪਾਂ ਉਹਨਾਂ ਦਾ ਚਾਹੇ ਟਰੈਕਟਰ ਹੋਵੇ ਜਾਂ ਟਰਾਲੀ ਜੋ ਵੀ ਹੋਵੇ ਆ ਜੱप्त ਕਰਕੇ ਉਹਨਾਂ ਦੇ ਅੱਗੇ ਫਿਰ ਕਾਰਵਾਈ ਕੀਤੀ ਜਾਂਦੀ ਹੈ ਤੇ ਇਹ ਮੌਕਾ ਵੀ ਨਾ ਸਾਰੇ ਵੱਲੋਂ ਤਾਂ ਅਹੀ ਇੱਕ ਬੇਨਤੀ ਹੈ ਵੀ ਇਸ ਕੰਮ ਵੱਲ ਨਾ ਜਾਈਏ ਬੰਦਾ ਜਿਹੜਾ ਰੋਖਾ ਇੰਨੇ 100 ਸਾਲ ਲੱਗਦੇ ਆ ਉਹਨੂੰ ਐਡਾ ਬਣਨ ਨੂੰ ਤੇ ਆਪਾਂ ਉਹਨੂੰ ਛੱਟ 5 ਮਿੰਟਾਂ 'ਚ ਕੱਟ ਕੇ ਪਰਾ ਮਾਰਦੇ ਆ ਉਹ ਉਹ ਗੱਲ ਨੂੰ ਇਹ ਸਮਝਣਾ ਚਾਹੀਦਾ ਲੋਕਾਂ ਨੂੰ ਵੀ ਕਿ ਇਹ 'ਚ ਬਹੁਤ ਨੇਚਰ ਜਿਹੜੀ ਐ ਇਹ ਮੁੜ ਕੇ ਦੁਬਾਰਾ ਨਹੀਂ ਆਉਂਦੀ ਇਹ ਜਿਹੜੀ ਐ ਇਹ ਕਿੰਨੇ ਹਜ਼ਾਰਾਂ ਕਰੋੜਾ ਸਾਲ ਪਹਿਲਾਂ ਦੀ ਬਣੀ ਹੋਈ ਐ ਤੇ ਇਹਨੂੰ ਇਹਨਾਂ ਖਿਲਵਾੜ ਨਾ ਕਰੀਏ ਤੇ ਜੋ ਹੈਗਾ ਉਹਨੂੰ ਐਜ਼ ਇਟ ਇਜ਼ ਰਹਿਣ ਦਈਏ ਤੇ ਰੁੱਖਾਂ ਦਾ ਜਿਹੜੀ ਰਿਸਪੈਕਟ ਕਰੀਏ ਤੇ ਵੱਧ ਤੋਂ ਵੱਧ ਰੁੱਖ ਲਾਈਏ ਇਹ ਸਾਡੀ ਇੱਕ ਅਪੀਲ ਹੈ ਦੇਖੋ ਕਿਸਾਨ ਵੀਰੋ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਸਾਨੂੰ ਅਮਨੀਤ ਜੀ ਨੇ ਦਿੱਤੀ ਹੈ ਤੇ ਮੈਂ ਉਮੀਦ ਕਰਦਾ ਕਿ ਸਾਡੇ ਪੰਜਾਬ ਦੇ ਕਿਸਾਨ ਵੀਰ ਇਹਨਾਂ ਦੀਆਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਗੇ ਮਹਿਕਮੇ ਵੱਲੋਂ ਜੋ ਸਕੀਮਾਂ ਚਲਾਈਆਂ ਜਾਂਦੀਆਂ ਆਪਣੇ ਪਿੰਡ ਪੱਧਰ ਤੇ ਚਲਾਉਣਗੇ ਧਰਤੀ ਦੇ ਉੱਤੇ ਰੁੱਖਾਂ ਦੀ ਕਦਰ ਕਰਨਗੇ ਵਧੀਰੀ ਰੁੱਖ ਲਾਉਣਗੇ ਜੇ ਅਸੀਂ ਤਾਪਮਾਨ ਨੂੰ ਘਟਾਉਣਾ ਨਹੀਂ ਤਾਂ ਕਿਸਾਨ ਵੀਰੋ ਤੁਸੀਂ ਦੇਖ ਹੀ ਲਿਆ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਲਗਾਤਾਰ ਸਾਡਾ ਤਾਪਮਾਨ ਵੱਧਦਾ ਜਾ ਰਿਹਾ ਧਰਤੀ ਦੇ ਉੱਤੇ ਸਾਡਾ ਜੀਣਾ ਮੁਹਾਲ ਹੋ ਰਿਹਾ ਤੇ ਜੇ ਅਸੀਂ ਸੁੱਖ ਦਾ ਸਾਹ ਲੈਣਾ ਤਾਂ ਸਾਨੂੰ ਰੁੱਖਾਂ ਦਾ ਸਹਾਰਾ ਲੈਣਾ ਪਊ ਅਮਨੀਤ ਜੀ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ ਤੁਹਾਡੇ ਨੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ